ਇੱਕ ਪਾਸੇ ਤਾਂ ਪੰਜਾਬ ਸਰਕਾਰ ਸੂਬੇ ਨੂੰ ਅਪਰਾਧ ਮੁਕਤ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਪੁਲਿਸ ਵਿਭਾਗ ਅੰਦਰ ਲੋੜੀਂਦਾ ਸਟਾਫ ਨਾ ਹੋਣ ਕਾਰਨ ਪੇਂਡੂ ਖੇਤਰਾਂ 'ਚੋਂ ਪੁਲਿਸ ਚੌਂਕੀਆਂ ਨੂੰ ਹਟਾ ਕੇ ਥਾਣਿਆਂ ਦੇ ਵਿੱਚ ਮਰਜ ਕੀਤਾ ਜਾ ਰਿਹਾ ਹੈ, ਜਿਸ ਕਰਕੇ ਅਮਨ ਪਸੰਦ ਲੋਕਾਂ ਦੇ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹਾ ਇੱਕ ਮਾਮਲਾ ਜ਼ਿਲ੍ਹਾ ਕਪੂਰਥਲਾ ਦੇ ਅਧੀਨ ਆਉਂਦੀ ਪੁਲਿਸ ਚੌਂਕੀ ਡੱਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ 40 ਸਾਲ ਤੋਂ ਸਥਾਪਿਤ ਚੌਂਕੀ ਨੂੰ ਹਟਾ ਕੇ ਸੁਲਤਾਨਪੁਰ ਲੋਧੀ ਥਾਣੇ ਅਧੀਨ ਲਿਆਂਦਾ ਗਿਆ ਹੈ, ਜਿਸ ਕਰਕੇ 18 ਪਿੰਡਾਂ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਭਵਿੱਖ ਵਿੱਚ ਵਾਪਰਨ ਵਾਲੀਆਂ ਵਾਰਦਾਤਾਂ ਤੇ ਚਿੰਤਾ ਪ੍ਰਗਟ ਕੀਤੀ ਹੈ। ਆਖਰ ਕੀ ਕਹਿਣਾ ਹੈ ਲੋਕਾਂ ਦਾ, ਆਓ ਤੁਸੀਂ ਵੀ ਸੁਣੋ। ਹਾਂਜੀ ਭਾਈ, ਮੈਂ ਸੁਖਚੈਨ ਸਿੰਘ, ਸਰਪੰਚ ਗ੍ਰਾਮ ਪੰਚਾਇਤ ਗੁਰੂਪੁਰ ਦਾ ਸਰਪੰਚ ਹਾਂ। ਸਾਡੇ ਜੋ ਚੌਂਕੀ ਇੱਥੇ 40 ਸਾਲ ਤੋਂ ਸੀ ਡੱਲਾ, ਉਹ ਹੁਣ ਚੌਂਕੀ ਚੱਕਣ ਦਾ ਕਰਕੇ ਜਿਹੜੀਆਂ ਸ਼ਰਾਰਤੀ ਅਨਸਰਾਂ ਦੀਆਂ ਗਤੀਵਿਧੀਆਂ ਸੀ ਬਹੁਤ ਜ਼ਿਆਦਾ ਵੱਧ ਗਈਆਂ। 18 ਪਿੰਡਾਂ ਨੂੰ ਚੌਂਕੀ ਲੱਗਦੀ ਸੀ, ਕੋਈ ਕਿਸੇ ਨੂੰ ਕੰਮ ਪੈਂਦਾ ਸੀ, ਕੋਈ ਕੰਪਲੇਂਟ ਹੁੰਦੀ ਸੀ, ਉਹ ਚੌਂਕੀ ਕਰ ਲੈਂਦਾ ਸੀ ਤਾਂ ਆਪਦਾ ਸਮੱਸਿਆ ਦਾ ਸਮਾਧਾਨ ਹੋ ਜਾਂਦਾ ਸੀ। ਹੁਣ ਤੁਹਾਡੀ ਕੀ ਮੰਗ? ਹੁਣ ਸਾਡੀ ਮੰਗ ਪ੍ਰਸ਼ਾਸਨ ਤੋਂ ਇਹ ਮੰਗ ਆ ਵੀ ਜਿਹੜੀ ਚੌਂਕੀ ਆ ਜਲਦੀ ਤੋਂ ਜਲਦੀ ਇੱਥੇ ਜਿਹੜੀ 40 ਸਾਲ ਤੋਂ ਲਗਾਤਾਰ ਸੀ ਚੌਂਕੀ ਇੱਥੇ, ਉਹ ਲਿਆਂਦੀ ਜਾਵੇ ਤਾਂ ਜੋ ਜਿਹੜੇ ਗਲਤ ਅਸਰਾਂ ਨੂੰ ਨੱਥ ਪਾਈ ਜਾ ਸਕੇ, ਭਵਾਨ ਸਵਾਮੀ ਘਟਨਾ ਵਾਪਰਨ ਦਾ ਬਚਾਅ ਹੋ ਸਕੇ। ਕਿੰਨਾ ਚਿਰ ਉਹ ਚੌਂਕੀ ਚੱਕੀ ਗਈ? ਚੌਂਕੀ ਨੂੰ 6 ਮਹੀਨੇ ਹੋ ਗਏ ਜੀ, ਲਗਭਗ 6 ਮਹੀਨੇ ਹੋ ਗਏ। ਮੈਂ ਸੁਦੇਸ਼ ਹਾਂ, ਅਸੀਂ ਨੌਰਵੇ ਰਹਿੰਦੇ ਹਾਂ ਬਹੁਤ ਸਾਲਾਂ ਤੋਂ, 35 ਸਾਲ ਤੋਂ। ਸਾਡੇ ਪਿੰਡ ਵਿੱਚ ਚੌਂਕੀ ਸੀ 40 ਸਾਲ ਤੋਂ, ਜਿਹੜੀ ਬੜੇ ਜ਼ੋਰਾਂ ਸ਼ੋਰਾਂ ਨਾਲ ਲੈ ਕੇ ਆਉਂਦੀ ਸੀ। ਹੁਣ 6 ਮਹੀਨਿਆਂ ਤੋਂ ਪਤਾ ਨਹੀਂ ਬਿਨਾਂ ਕਿਸੇ ਕਾਰਨ ਦੱਸੇ ਤੋਂ ਇੱਥੋਂ ਉਠਾ ਲਈ ਗਈ। ਜਦੋਂ 18 ਪਿੰਡਾਂ ਦੀਆਂ ਪੰਚਾਇਤਾਂ ਨੇ ਰੈਜੂਲੇਸ਼ਨ ਪਾ ਕੇ MLA ਸਾਹਿਬ ਵੱਲੋਂ ਦਿੱਤਾ, MLA ਸਾਹਿਬ ਨੇ ਅੱਗੇ SSP ਸਾਹਿਬ ਨਾਲ ਗੱਲ ਕੀਤੀ, ਪਰ ਇੱਥੇ ਕੋਈ ਕਾਰਵਾਈ ਨਹੀਂ ਹੋਈ। ਹੁਣ ਕੋਈ ਵੀ ਅਨਸਕਾਵੀ ਘਟਨਾ ਇੱਥੇ ਵਾਪਰ ਸਕਦੀ ਆ, ਕਿਉਂਕਿ ਪਿੰਡ ਵਿੱਚ ਸਾਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਆ। ਅਤੇ ਸਾਡੀ ਪੂਰੀ ਔਰ ਮੰਗ ਆ SSP ਸਾਹਿਬ ਕੋਲ, ਇਹਨਾਂ ਨੂੰ ਚੌਂਕੀ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ ਤਾਂ ਕਿ ਪਿੰਡ ਦੇ ਲੋਕ ਆਰਾਮ ਦੀ ਨੀਂਦ ਸੌ ਸਕਣ। ਦੇਖੋ ਜੇ ਲੋਕ ਮੰਗ ਕਰਦੇ ਇਸ ਸੰਬੰਧੀ, ਜਿਹੜੇ ਅਫਸਰ ਬਾਲਾਂ ਦੇ ਨੋਟਿਸ ਲਿਆਉਂਦਾ ਗਿਆ, ਅਤੇ ਦੁਬਾਰਾ ਹੁਣ ਜਿਹੜੇ ਅੱਜ ਫੇਰ ਇਕੱਠੇ ਹੋਏ ਇਸ ਸੰਬੰਧ 'ਚ ਅਫਸਰ ਬਾਲਾਂ ਨੂੰ ਨੋਟਿਸ ਲਿਆਉਂਦਾ ਜੂਗਾ, ਜੋ ਅਫਸਰ ਹੁੰਦੇ ਨੇ ਉਹਦੇ ਮੁਤਾਬਕ ਜੋ ਅਗਲੀ ਕਾਰਵਾਈ ਹੋਵੇ। ਕਪੂਰਥਲਾ ਤੋਂ ਇੰਦਰਜੀਤ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।